ਪਾਵਾਂਗੇ ਆਪਣਾ ਜਿਹੜਾ ਇਨਾਮ ਪ੍ਰਾਪਤ ਕਰਨ। ਖਾਲੇ ਅਗਲਾ ਮੈਚ ਚੌਕੇ ਦੇ ਗੇਲਿਆਂ ਦਾ, ਮੈਂ ਇੱਧਰ ਇਨਾਮ ਟੀਮਾਂ ਨੂੰ ਦਵਾ ਦਾਂ ਕਿਉਂਕਿ ਬੱਚਿਆਂ ਨੇ ਫਿਰ ਜਾਣਾਗਾ। ਸਾਡੇ ਮੱਖਣ ਵਰਗੇ ਵੀਰ ਬਹੁਤ ਧੰਨਵਾਦ ਹੈ। ਨਿੱਕਾ ਬਾਈ ਕਹਿੰਦਾ ਸੁਖਵੀਰ ਸਿੰਘ ਜੀ ਸੁੱਖੀ ਕਮਾਨ, ਉਹਨਾਂ ਦੀ ਯਾਦ ਦੇ ਵਿੱਚ 500 ਰੁਪਈਆ ਉਹਨਾਂ ਬੱਚਿਆਂ ਦੇ ਲਈ। ਬੇਟਾ ਆਹ ਵੀ ਲੈ ਜਾਓ, ਤੁਹਾਡਾ ਪ੍ਰਾਈਜ਼ ਆ ਦੋਨੇ ਟੀਮਾਂ ਦੇ ਲਈ। ਆ ਜਾਓ ਆਪਾਂ ਟੀਮਾਂ ਨੂੰ ਨਾਮ ਦੇ ਦਈਏ ਜੀ। ਟੀਮਾਂ ਦੇ ਪਲੇਅਰ ਧਿਆਨ ਦੇਣ, ਇੱਕ ਗੱਲ ਰੋਜ਼ ਬੇਨਤੀਆਂ ਕਰਦੇ ਹਾਂ ਪਰ ਅੱਜ ਸਖ਼ਤ ਬੇਨਤੀ ਆ ਟੀਮ ਵਾਲਿਆਂ ਨੂੰ, ਚਾਰ ਸਵੇਰੇ ਗਰਾਊਂਡ 'ਤੇ ਨਿਗਾਹ ਮਾਰ ਲਓ, ਕਿਤੇ ਲਾਈਟ ਲੱਗੀ ਦਿੰਦੀ ਆ। ਤੁਹਾਨੂੰ ਇੱਕ ਗੱਲ ਦੱਸਦਾ, ਜੇ ਕਿਤੇ ਮੈਚ ਰਹਿ ਗਏ ਕੱਲ੍ਹ ਨੂੰ ਹੋਣਗੇ ਤਾਂ 5 ਰੁਪਈਏ ਖਰਚਾ ਨਹੀਂ ਦੇਣਾ ਕਮੇਟੀ ਨੇ, ਵਾਹ ਦੇ ਵਿੱਚ ਨਾ ਕਿਹੋ। ਹੁਣ ਆਪਦੇ ਆਪ ਹੀ ਟਾਈਮ ਨਾਲ ਗਰਾਊਂਡ 'ਚ ਆਈ ਚੱਲਿਓ, ਨਾ ਉਸ ਸਾਹਮਣੇ ਕਬੱਡੀ ਪਾਉਣ ਦੇ ਲਈ ਸੋਨੂੰ ਹੁਣ ਦਾ ਨਾ ਆਇਆ ਮੇਰੇ ਵੀਰ। ਇੱਧਰ ਲੜਕੀਆਂ ਦੀਆਂ ਟੀਮਾਂ ਨੂੰ ਜਿਹੜਾ ਪ੍ਰਾਈਜ਼ PB31 ਲਾਈਵ ਮਾਨਸਾ ਦੇ ਨਾਲ ਸਾਡਾ ਪੱਤਰਕਾਰ ਵੀਰ ਹੈ, ਜਿਹੜੀਆਂ ਸਾਡੇ ਕਿਉਂਕਿ ਵੱਖ ਵੱਖ ਵਾਰਡ ਤੋਂ MC ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਜਿਨ੍ਹਾਂ ਨੇ ਕਿਉਂਕਿ ਵਿਜੇ ਪ੍ਰਾਪਤ ਕੀਤੀ, ਨਾਲ ਉਹਨਾਂ ਦਾ ਪਰਿਵਾਰ ਕਾਮਰੇਡ ਗੁਰਮੀਤ ਸਿੰਘ ਜੀ, ਪ੍ਰਧਾਨ ਸਾਹਿਬ, ਮੀਤ ਪ੍ਰਧਾਨ, ਸਾਰਿਆਂ ਦੀ ਬਹੁਤ ਵੱਡੀ ਦੇਣ ਆ, ਬੜੀ ਚੰਗੀ ਸੋਚ ਹੈ ਕਿਉਂਕਿ ਲੜਕੀਆਂ ਦਾ ਨਾਮ ਵੀ ਉਹਨੇ ਪੂਰੇ ਸਾਡੇ ਪਰਿਵਾਰ ਤੋਂ ਜਿਹੜਾ ਬਣਾਇਆ ਜਾ ਰਿਹਾ। ਬਹੁਤ ਬਹੁਤ ਧੰਨਵਾਦ ਆ, ਬੱਚਿਆਂ ਦੀ ਚੰਗੀ ਸੋਚ ਹੈ। ਮੈਚ ਦੇ ਵਿੱਚ ਦੋਨੇ ਪਾਸੇ 3-3 ਜੱਫੇ ਹੋ ਗਏ, ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰ। ਜਾਫੀਆਂ ਨੂੰ ਰੇਡਾਂ ਪਾਉਣੀਆਂ ਪੈ ਰਹੀਆਂ ਹੈ, ਹੁਣ ਸੋਨੂੰ ਪਹਿਲਾਂ ਰੇਡ ਪਾ ਕੇ ਥੱਕ ਗਿਆ, ਹੁਣ ਜੱਫਾ ਗੁਰੀ ਕਹਿੰਦੇ ਮੈਂ ਲਾ ਦੇਣਾ, ਗੁਰੀ ਪੱਖੋ ਗੁਰੀ ਪੱਖੋ ਗੁਰੀ ਪੱਖੋ ਗੁਰੀ ਪੱਖੋ, ਇਹ ਬੱਲੇ 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 10 9 8 7 6 5 4 3 2 1 ਤੇ ਪੁਆਇੰਟ ਜਿਹੜਾ ਜਾਫੀ ਦੇ ਉਧਰ ਸਾਡੇ ਵਿਚਕਾਰ ਬਾਈ ਵਕੀਲਾ ਚੰਡੂਗੜ੍ਹ ਆ ਰਿਹਾ। ਬੇਟੇ ਤੂੰ ਰੇਸ ਲਾ ਯਾਰ, ਦਰਸ਼ਨ ਝਗੜਾ ਜੀ ਗਰਾਊਂਡ 'ਚ ਆ ਜਾਣਾ। ਭਲਵਾਨ ਜੀ ਬੇਨਤੀ ਆ, ਤੁਸੀਂ ਜਿਹੜੇ ਬੰਦੇ ਨੂੰ ਸਾਡੇ ਕੋਲੇ ਲੈ ਕੇ ਆਉਂਗੇ ਨੇ ਫੇਰ ਹੀ ਹੈਣਾ, ਇਹ ਮੇਰੇ ਭਰਾ ਗਏ ਯਾਰ, ਚੰਗੇ ਭਲਵਾਨ ਉਹ ਚੰਗੇ ਮੂਹਰਲੇ ਬੰਦੇ ਨੂੰ ਨਾ ਬੁਲਾਉਣ ਦੀ ਸੈਂਸ ਹੋਣੀ ਚਾਹੀਦੀ ਹੈ, ਪੜ੍ਹੇ ਲਿਖੋ ਬੰਦੇ ਐਜੂਕੇਟ। ਕਾਲਾ ਬਾਈ ਸਾਡਾ ਆਸਟ੍ਰੇਲੀਆ ਵਾਲਾ, ਉਹਦੇ ਵੱਲੋਂ 200 ਰੁਪਇਆ ਗੁਰੀ ਪੱਖੋ ਦੇ ਲਈ ਆਇਆ। ਆਓ ਸਾਹਮਣੇ ਬਾਜੇ ਖਾਨੇ ਦਾ ਸੰਦੀਪ ਤੇ ਵਿੱਕੀ, ਅਲੇਵੇ ਪਿੰਡ ਦਾ ਵਿੱਕੀ ਹੈ। ਮੈਚ ਬਹੁਤ ਚੋਟੀ ਦਾ ਸਮਾਪਤ ਹੋ ਗਿਆ ਹੈ, ਮੈਂ ਸਮਾਪਤ ਆ ਜੀ, ਜਿਹਦੇ ਵਿੱਚੋਂ ਟੀਮ ਜਿਹੜੀ ਜਿੱਤ ਗਈ ਹੈ ਇਹਦੇ ਵਿੱਚੋਂ। ਪੱਖੋ ਕਰਾਂ ਤੋਂ ਕਿੰਨੇ ਕਹਿਓ, ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰ। ਹਾਂਜੀ ਪੱਖੋ ਵਾਲੇ ਮੁੰਡੇ ਜੇਤੂ ਰਹੇ ਹੈ, ਮੇਰੇ ਕੋਲੋਂ ਨਾਮ ਲੈ ਜਾਓ ਜੀ, ਪੱਖੋ ਵਾਲੇ ਦੇ ਕੁਝ ਤੱਪੇ ਵਾਲਿਆਂ ਦਾ ਪ੍ਰਾਈਜ਼ ਰੱਲੇ ਵਾਲਾ ਚੱਕਰਾ ਪਲੀਜ਼ ਉਹ ਮਾੜਾ ਗਰਾਊਂਡ ਦੇ ਨੇੜੇ ਆਵੇ। ਸਾਡੇ ਜੰਗ ਸਿੰਘ ਜੀ ਚੌਂਕੀਦਾਰ ਪਹੁੰਚਿਆ, ਬਹੁਤ ਬੜਾ ਧੰਨਵਾਦ ਹੈ ਪ੍ਰੇਮ ਸਿੰਘ ਜੀ। ਹੋਰ ਬੇਨਤੀ ਬਾਈ ਜਾਣਗੇ ਮੇਰੇ ਭਰਾ ਗਏ, ਤੁਸੀਂ ਛੋਟੇ ਵੀਰੋ, ਹੁਣ ਬੇਨਤੀਆਂ ਜਾਂ ਨਾਂ ਵਾਲੀਆਂ ਬੜਾ, ਹੁਣ ਲੋਕਾਂ ਨੂੰ ਕਬੱਡੀ ਦੇਖ ਲੈਂਦੇ, ਜੇ ਕੋਈ ਗਵਾਚਾ ਗੁਚਾ ਬੰਦਾ ਗਾ ਉਹ ਆਪਦੇ ਆਪ ਹੀ ਨੇੜੇ ਰਹੋ, ਕਿਉਂਕਿ ਜਦੋਂ ਮੈਚ ਚੱਲਦਾ ਨਾ ਸਾਰਾ ਧਿਆਨ ਹੀ ਟੁੱਟ ਜਾਂਦਾ। ਆ ਮੇਰੇ ਕੋਲ ਕੁਝ ਤਪੇ ਵਾਲਿਆਂ ਦੇ ਪੈਸੇ ਆ, ਕੁਝ ਪੱਖ ਵਾਲਿਆਂ ਦੇ ਆ, ਚੱਕਰਾ ਆ ਖੜਾ ਹੀ ਤੁਹਾਡੇ ਕੋਲ, ਚੱਕਰਾ ਆ ਗਿਆ ਗਰਾਊਂਡ 'ਚ, ਚੱਕਰੇ ਟਾਸਕ ਕਰਾਈ ਚੱਲੀਏ ਇੱਥੇ ਬਸ। ਹਾਂ ਪ੍ਰੇਮ ਸਿੰਘ ਜੀ ਚੌਂਕੀਦਾਰ ਪਹੁੰਚੇ, ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ। ਪੱਖ ਵਾਲੇ ਵੀ ਨਾਮ ਲੈ ਜਾਣ, ਹਾਂ ਚੈੱਕਅਪ ਆਪਣਾ ਬਾਹਰ ਹੀ ਕਰਾਉਣਾ, ਬਸ ਇਕੱਲੀ ਕਬੱਡੀ, ਇਕੱਲੀ ਕਬੱਡੀ ਗਰਾਊਂਡ 'ਚ, ਇਕੱਲੀ ਕਬੱਡੀ ਹੋ ਬਸ। ਚੱਕਰਾ ਜੀ ਇਹਨਾਂ ਦੇ ਰੇਤਾ ਰੁਤਾ ਲਵਾਉਣਾ, ਇੱਥੇ ਲਵਾਈ ਚੱਲੇ, ਹੁਣ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ। ਹਾਂ ਬੇਨਤੀ ਆ ਚੱਕਰਾ ਜੀ, ਜੇ ਤੁਹਾਡੇ ਤੇ ਰੇਤਾ ਲਵਾਉਣਾ ਇੱਥੇ ਲਵਾਈ ਚੱਲੋ ਚੰਗਾ। ਗੁਰਮੀਤ ਸਿੰਘ ਜੀ ਪ੍ਰਧਾਨ ਸਾਹਿਬ ਬੈਠੇ ਆ, ਸਾਰੀ ਟੀਮ ਉਹਨਾਂ ਦੀ ਬੈਠੀ ਹੈ, ਬਹੁਤ ਸਾਰਾ ਸਤਿਕਾਰ ਗਰਾਊਂਡ ਦੇ ਵਿੱਚ ਪੁੱਜਦਾ ਕੀਤਾ, ਧੰਨਵਾਦ ਹੈ ਸਾਰੇ ਯੋਗੇ ਪਿੰਡ ਦੀ, ਪਲਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ, ਆਪ ਸਭ ਨੂੰ ਜੀ ਆ ਆਖਦੀ ਹੈ ਸਾਡੀ ਨਗਰ ਪੰਚਾਇਤ ਜੋਗਾ, ਕੁਲਦੀਪ ਸਿੰਘ ਕਾਲਾ ਵਾਲੀ ਆਸਟ੍ਰੇਲੀਆ ਦਾ ਵਿਸ਼ੇਸ਼ ਸਹਿਯੋਗ ਹੈ, ਸਵਰਗੀ ਸੁਖਵੀਰ ਸਿੰਘ ਜੀ ਸੁੱਖੀ ਦੀ ਯਾਦ ਅੱਜ ਦੇ ਟੂਰਨਾਮੈਂਟ ਤੇ ਹੈ, ਕਾਮਰੇਡ ਗੁਰਮੀਤ ਸਿੰਘ ਜੀ ਪ੍ਰਧਾਨ ਨੇ ਸਾਡੇ ਜੋਗੇ ਦੇ ਤੇ ਨਾਲ ਸਾਰੀ ਉਹਨਾਂ ਦੀ ਟੀਮ ਦਾ ਧੰਨਵਾਦ ਹੈ। ਹੈਲੋ ਇੱਕ ਬੱਚਾ ਹੈ ਉਹ ਲੈ ਗਿਆ ਜੀ ਬੇਟਾ ਤੁਹਾਡਾ, ਲੈ ਗਿਆ ਬਿੱਟੂ। ਹਾਂਜੀ ਅਗਲਾ ਮੈਂ ਜਿਹੜਾ ਲੱਗਣਾ ਗਾ ਉਹ ਚੌਕੇ ਤੇ ਗੇਲਿਆਂ ਦਾ, ਗੜੱਦੀ ਦੇ ਪੱਖੋ ਗਲਾ, ਇੱਕ ਬੱਚਾ ਗੇੜਾ ਲਾ ਰਿਹਾ, ਇੱਕ ਕਰਤੱਬ ਕਰ ਰਿਹਾ ਜੀ, ਬਹੁਤ ਧੰਨਵਾਦ ਹੈ। ਕੀ ਕਰਨਾ ਜੀ,
ਤੂੰ ਤਾਂ ਹਰਿਆਣੇ ਵਾਲਾ ਲੱਗਦਾ ਮੈਨੂੰ, ਹੈ ਨਾ? ਚੱਲ ਠੀਕ ਹੈ, ਚੱਕ ਲਾਈਟਾਂ, ਤੂੰ ਵੀ ਬਹੁਤ ਧੰਨਵਾਦ ਹੈਗਾ ਇਹ ਹਰਿਆਣੇ ਵਾਲਾ। ਇੱਕ ਮੇਰੀ ਬੇਨਤੀ ਹੈ ਸਾਡੇ ਭਰਾਵਾਂ ਨੂੰ, ਦੇਖੋ ਮੇਰੇ ਵੀਰੋ ਮਾਨਦਰਾ ਧਾਰਾ ਕਰਨਗੇ, ਉਹ ਜਿਹੜਾ ਬੰਦਾ ਤੰਦਰੁਸਤ ਨਾ ਪਾਈ ਜਾਣ ਕੇ ਕੰਮ ਕਰਿਆ ਕਰੋ ਯਾਰ, ਕੋਈ ਹੈਂਡੀਕੈਪਟ ਆ ਉਹ ਤਾਂ ਮੈਂ ਮੰਨਦਾ। ਇਹ ਗੱਲ ਅਗਲਾ ਕਮੈਂਟੇਟਰ ਸਾਡੇ 'ਤੇ ਆ ਜਾਂਦਾ, ਕੁੜੇ ਕਾਲੇ ਤੂੰ ਬਾਈ ਨੂੰ ਲੈ ਕੇ ਆ, ਅਗਲਾ ਕਹਿੰਦਾ ਜਿਹੜੇ ਬੰਦੇ ਦੇ ਦੋਨੇ ਹੱਥ ਸਲਾਮਤ ਆ ਨਾ, ਸਿਹਤ ਪੱਖੋਂ ਬੰਦਾ ਕੰਮ ਕਰ ਲਿਆ ਕਰੋ ਯਾਰ। ਜੇ ਨਹੀਂ ਰਹਿੰਦਾ ਨਾ, ਮੈਂ ਇੱਕ ਗੱਲ ਕਹਿੰਦਾ, ਜੂਸ ਵਾਲੀ ਡੇਲੋ 1000 ਰੁਪਏ ਉਹ ਕਮਾਈ ਜਾਊਗਾ। ਅਤੇ ਕਿਉਂਕਿ ਤੂੰ ਕੋਈ ਨਾ ਕਰ ਲਾ ਕਰਦਾ, ਧੰਨਵਾਦ ਹੈ, ਇੱਕ ਛੋਟਾ ਜਿਹਾ ਬੱਚਾ ਗਾ, ਲਓ ਮੈਚ ਬੜਾ ਤਕੜਾ ਗਾ, ਕਿਉਂਕਿ ਜੇ ਕੋਈ ਹੈਂਡੀਕੈਪਟ ਆਪਾਂ ਕੋਈ ਗੱਲ ਨਹੀਂ, ਪਰ ਤੂੰ ਵੀ ਤੇਰਾ ਵੀ ਧੰਨਵਾਦ ਹੈ, ਤੂੰ ਨਿਬੇੜ ਦੇ ਕੰਮ ਫਟਾਫਟ ਛੇਤੀ ਕਰ। ਇਹ ਜਿਹੜਾ ਮੈਚ ਚੌਕੇ ਦੇ ਖੇਲ ਲਿਆਂਦਾ ਮੈਚ ਆ ਜੀ, ਕਾਲੇ ਚੌਕੇ ਦੇ ਖੇਲ ਲਿਆਂਦਾ, ਮੈਂ ਤਾੜੀ ਮਾਰ ਦੂ ਵੀ ਇੱਕ ਵਾਰੀ ਇਹਦੇ ਨਾਲ, ਸ਼ਾਬਾਸ਼। ਬਿੱਲੇ ਦਾ ਪੁੱਤਰ ਜਿੱਥੇ ਵਾਸ ਹੁੰਦਾ ਜਾ ਕੇ ਬਿੱਲੇ ਨਾਲ ਜਿੱਥੇ ਪਹਿਲਾਂ ਬੈਠੇ ਸੀ ਉੱਥੇ ਸੰਪਰਕ ਕਰ ਲਏ। ਆ ਖਿਡਾਰੀ ਦਾ ਕਹਿੰਦੇ ਮੇਰੇ ਵੀਰੋ ਰੱਤਾ ਥੇ ਪਿੰਡ ਹੈ, ਢੇਰ ਪਿੰਡ ਮੇਲਾ ਹੋਇਆ ਹੈ ਬਾਬਾ ਨਰਾਇਣ ਸਿੰਘ ਜੀ ਮੋਨੀ ਦੀ ਯਾਦ ਦੇ ਵਿੱਚ, ਤੇ ਆ ਖਿਡਾਰੀ ਨੂੰ ਕਹਿੰਦੇ ਅਲਟੋ ਗੱਡੀ ਸਨਮਾਨ ਦੇ ਵਿੱਚ ਮੇਰੀ ਮੈਂ ਮਾਫੀ ਚਾਹਣਾ। ਕਹਿੰਦੇ ਵੀ ਇੱਕ ਜਾਫੀ ਆਇਆ ਵਕੀਲਾ ਝੰਡੂਗੇ ਪਿੰਡ ਦਾ, ਪਿੱਥੋਂ ਵਾਲਾ ਖਰਾਜੀ ਖੇਡਦਾ ਦੇਖਿਆ ਸਾਰਿਆਂ ਨੇ, ਇੱਕ ਵਾਰੀ ਖਰਾਜੀ ਨਾਂ ਦੇ ਪਹਿਲਾਂ ਤਾਂ ਤਾੜੀ ਮਾਰੋ। ਜੇ ਖਰਾਜੀ ਕਹਿੰਦੇ ਕਦੇ ਖੇਡਦਾ ਹੁੰਦਾ ਨਾ, ਉਹ ਕਹਿੰਦਾ ਹੁੰਦਾ ਯਾਰ ਮੇਰਾ ਮੈਚ ਵਕੀਲੇ ਨਾਲ ਆਵੇ ਝੰਡੂਗਾਲੇ ਦਾ, ਕਿਉਂ ਵਕੀਲੇ ਸਹੀ ਗੱਲ ਸੀ ਨਾ, ਆਹ ਵਕੀਲਾ ਝੰਡੂਗਾਲਾ ਆਇਆ, ਇੱਕ ਵਾਰੀ ਤਾੜੀਆਂ ਮਾਰੋ ਮੇਰੇ ਮਿੱਤਰੋ ਵੱਡੇ ਨਾਂ ਦੇ। ਬਹੁਤ ਤਕੜਾ ਜਾਫੀ ਰਿਹਾ ਨੌਜਵਾਨ, ਕਦੇ ਗਿੱਲ ਕਲਾਂ ਦੇ ਲਈ ਲੈ ਵੀ ਕਾਲੇ ਬਾਈ ਗਰਾਊਂਡ ਦੇ ਵਿੱਚ ਬਾਅਦ 'ਚ ਲੈ ਕੇ ਆਵਾਂਗੇ ਭਰਾ, ਸਾਡੇ ਨੂੰ ਚਾਹ ਪਾਣੀ ਪਿਆ ਕੇ ਸੈੱਟ ਕਰ ਦੇ, ਅਤੇ ਆਪਾਂ ਦਰਸ਼ਕਾਂ ਨੂੰ ਵਿਖਾਵਾਂਗੇ ਵੀ ਵਕੀਲਾ ਆਇਆ ਝੰਡੂਕੇ ਪਿੰਡ ਦਾ। ਪਰ ਆ ਖਿਡਾਰੀ ਕਹਿੰਦੇ ਰੱਤਾ ਥੇ ਪਿੰਡ ਦਾ ਬਿਜਲੀ ਹੈ, ਮੈਂ ਪਹਿਲਾਂ ਦੱਸਿਆ ਸੀ ਕਹਿੰਦੀ ਥੋੜ੍ਹੀ ਗੱਲ ਵਿਚਾਲੇ ਰਹਿ ਗਈ ਵੀ ਰੱਤਾ ਥੇ ਵਾਲੇ ਬਿਜਲੀ ਨੂੰ ਅਲਟੋ ਗੱਡੀ ਦੇ ਯਾਰਾਂ ਨੇ ਸਨਮਾਨ ਦੇ ਵਿੱਚ ਦਿੱਤੀ ਹੈ, ਅਤੇ ਮੁੰਡਾ ਜਾਫੀ ਵੱਡਾ ਹੈ, ਅੱਜ ਬੱਲੇ ਬੱਲੇ ਕਰਾਈ ਤੁਰਿਆ ਜਾਂਦਾ ਚੌਕਿਆਂ ਦੀ ਟੀਮ ਦੇ ਲਈ, ਅਤੇ ਕੜਾ ਕਹਿੰਦੇ 10 ਤੋਲਿਆਂ ਦਾ ਪਿਛਲੇ ਦਿਨ ਹੀ ਚਾਂਦੀ ਦਾ ਵੀ ਜੇ ਭਾਸੋਰ ਪਲੇਅਰਾਂ ਦੀ ਪ੍ਰਸ਼ੰਸਾ, ਜੇ ਅੱਜ ਕਿਤੇ ਜਿਹੜੇ 30 ਟੀਮਾਂ ਆਈਆਂ ਨੇ ਇਹਨੂੰ ਜਿੱਤ ਕੇ ਜਾਵੇ ਫੇਰ ਫਾਇਦਾ ਗਾ, ਜੇ ਕਦੇ ਇਹਨਾਂ ਨੂੰ ਹਰਾ ਕੇ ਜਾਵੇ ਨਾ, ਜਿਹੜੇ ਅੱਜ ਆਏ ਨਾ ਉਹ ਟੋਪੀ ਵਾਲੇ ਕਿੱਲੀ ਆਇਆ ਸਾਰੇ, ਫੇਰ ਹੀ ਫਾਇਦਾ ਬੰਦਿਆਂ ਦਾ। ਮੇਰੇ ਮਿੱਤਰੋ ਵੱਡੇ ਸਤਿਕਾਰ ਆ, ਆਹ ਦੇਖਦਾ ਨੰਬਰ ਚੌਕਾਂ ਦੀ ਟੀਮ ਦੇ ਲਈ ਜੁੜਦਾ ਹੋਇਆ, ਅਗਲਾ ਮੈਚ ਗੜੱਦੀ ਦੀ ਟੀਮ ਤੇ ਕੌਰਾ ਪੱਖੋਗਲਾਂ ਦੀ ਟੀਮ ਦਾ ਮੈਚ ਹੈ। ਕਈ ਵਾਰ ਮੈਨੂੰ ਕਹਿੰਦਾ ਪਲੇਅਰ, ਪਰ ਮੈਦਾਨ ਦੇ ਵਿੱਚ ਜਿਹੜਾ ਬੰਦਾ ਤਕੜਾ ਨਾ ਉਹਦੇ ਹੀ ਨਾਂ ਬੋਲਿਆ ਜਾਂਦਾ, ਮੈਂ ਦੇਖਦਾ ਹੁੰਦਾ ਜਿਹੜਾ ਕੱਲ ਕੱਲ ਲੰਘੀ ਉਹ ਸਮਾਂ ਗਾ, ਪਰ ਅੱਜ ਕੌਣ ਤਕੜਾ, ਇਹ ਸਮਾਂ ਦੱਸੂ, ਇਹ ਟਾਈਮ ਦੱਸੂ ਵੀ ਕਿਹੜਾ ਕਿਹੜੇ ਰੇਡਰ ਨੂੰ ਹਾਂ ਕਹਿੰਦੇ ਘੇਰ ਘੇਰ ਕੇ ਜੱਫੇ ਲਾਉਂਦਾ, ਕਿਹੜਾ ਰੋਕਦਾ। ਇੱਕ ਵਾਰੀ ਜਾਫੀ ਦੇ ਨਾਂ ਤੇ ਤਾੜੀਆਂ ਮਾਰ ਦੋ ਚੌਂਕੇ ਵਾਲੇ ਦੇ ਨਾਂ ਤੇ, ਹਾਂ ਸਦਕੇ ਤੇਰੇ ਨੌਜਵਾਨਾਂ ਐਂ ਨਾ ਬੋਲੇ ਜਾਂਦੇ ਆ। ਆਹ ਦੇਖੋ ਚੋਟੀ ਦਾ ਜਫਾ ਆਪਣੀ ਟੀਮ ਦੇ ਲਈ ਲਾਉਂਦਾ ਹੋਇਆ, ਅਤੇ ਮੈਚ ਸਮਾਪਤ। 100 ਰੁਪਏ ਜਾਫੀ ਦੇ ਲਈ ਸੀਰਾ ਜੇ ਜੀ ਅਗਲੇ ਮੈਚ ਲਈ। ਮੇਰੀ ਬੇਨਤੀ ਹੈ ਗੜੱਦੀ ਅਤੇ ਕੌਰਾਂ ਪੱਖੋ ਕਲਾਂ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ, ਬਾਬਾ ਥੰਮਣਗੜ ਥੰਮਣ ਸ਼ਾਹ ਫਰਮਾਹੀ ਅਤੇ ਜੋਗਾ ਵੀ। ਹਾਂ ਅਗਲੇ ਮੈਚ 'ਚ ਸਾਡੇ ਕਬੱਡੀ ਦਾ ਪੁਰਾਣਾ ਖਿਡਾਰੀ ਹੈ ਝੰਡੂਕੇ ਵਾਲਾ ਵਕੀਲਾ ਹੈ, ਬਹੁਤ ਵੱਡਾ ਧੰਨਵਾਦ ਹੈ। ਆਹ ਸਾਡੇ ਕਹਿੰਦੇ ਕਾਲੇ ਆਸਟ੍ਰੇਲੀਆ ਨੇ ਬਹੁਤ ਵੱਡਾ ਮਾਣ ਦਿੱਤਾ ਮੇਰੇ ਵੀਰੋ, ਇਹ ਸਾਡੇ ਪੁਰਾਣੇ ਮੱਲ ਹੈ, ਅਤੇ ਆਪਣੇ ਇਲਾਕੇ ਦੇ ਵਿੱਚ ਚਾਹੇ ਪਿੱਥੋਂ ਪਿੰਡ ਦੀ ਗੱਲ ਚਾਹੇ ਕਹਿੰਦੇ ਝੰਡੂਕੇ ਪਿੰਡ ਦੀ ਗੱਲ, ਦੁਨੀਆਂ ਦੇ ਟੌਪਰ ਖਿਡਾਰੀ ਖੇਡੇ ਹੈ ਔਰ ਚਰਚੇ ਹੋਏ ਹੈ। ਮੇਰੀ ਬੇਨਤੀ ਆ ਗੜੱਦੀ ਅਤੇ ਕੌਰਾਂ ਪੱਖੋ ਕਲਾਂ, ਬਾਬਾ ਥੰਮਣ ਸ਼ਾਹ ਫਰਮਾਹੀ ਅਤੇ ਜੋਗਾ ਵੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ, ਬਾਲਿਆਂ ਵਾਲੀ ਅਤੇ ਰੋੜੀ ਵੀ ਨਰੂਆਂ ਅਤੇ ਥਰਾਜ ਹਰਿਆਣਾ, ਇਹ ਮੈਚ ਜਿਹੜੇ ਖੇਡੇ ਜਾਣਗੇ। ਮੇਰੀ ਬੇਨਤੀ ਹੈ ਟੀਮਾਂ ਤਿਆਰੀ ਫੜ ਕੇ ਗਰਾਊਂਡ ਦੇ ਵਿੱਚ ਆ ਜਾਣ, ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਦਾ ਬਹੁਤ ਵੱਡਾ ਧੰਨਵਾਦ ਹੈ। ਵਿਸ਼ੇਸ਼ ਤੌਰ 'ਤੇ ਸੰਗਤ ਕਰਕੇ ਮੇਲੇ ਚੜ੍ਹਦੇ ਮੇਲੇ ਪੂਰ ਚੜ੍ਹ ਜਾਂਦੇ ਆ ਮੇਰੇ ਵੀਰੋ।
ਸਾਢੇ ਪੰਜ ਛੇ ਮੈਂ ਦੀ ਕਰੀਏ ਸ਼ੁਰੂਆਤ। ਮੈਂ ਚੋਟੀ ਦੇ ਕਹਿੰਦੇ ਜੇ ਟੀਮਾਂ ਸਾਹ ਦੀਆਂ ਗਈਆਂ ਕਾਲਿਆ ਪਿੰਦਰਾ ਲੈ ਵੀ ਥਰਾਂ ਵਾਲੇ ਆਪਣੇ ਪਲੇਅਰ ਚੈੱਕ ਕਰ ਲਓ ਕਾਲੇ। ਹਾਂ ਇਹ ਸਮਾਂ ਇਜਾਜ਼ਤ ਨਹੀਂ ਦਿੰਦਾ। ਥਰਾਂ ਦੀ ਟੀਮ ਦਾ ਮੈਚ 11ਵਾਂ ਪਰ ਥਰਾਂ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਪਹਿਲਾਂ ਆ ਗਏ ਹੈ। ਬਹੁਤ ਵੱਡਾ ਧੰਨਵਾਦ। ਕਈ ਪਲੇਅਰ ਇੱਦਾਂ ਦੇ ਆ ਗਰਾਊਂਡ ਦੀ ਰਿਸਪੈਕਟ ਕਰਦੇ ਆ, ਬਲਾਰਾਂ ਦੀ ਰਿਸਪੈਕਟ ਕਰਦੇ ਆ, ਅਫਸਰਾਂ ਦੀ ਰੈਫਰੀਆਂ ਦੀ ਰਿਸਪੈਕਟ ਕਰਦੇ ਆ। ਬਹੁਤ ਵੱਡਾ ਧੰਨਵਾਦ ਹੈ। ਦੱਸੋ ਜੀ ਫਿਰ ਇੱਧਰ ਕੌਣਾ ਪੱਖੋ ਵਾਲੀ ਟੀਮ ਕਿਹੜੇ ਪਾਸੇ ਆ? ਕੌਰੇ ਪੱਖੇ ਦੀ ਟੀਮ ਖੇਤਾਂ ਵਾਲੇ ਪਾਸੇ ਆ। ਬਿੱਟੇ ਦਾ ਪਹਿਲਾ ਜਫਾ ਸਾਡਾ ਗੁਰਸੇਵਕ ਕਹਿੰਦਾ ਵੱਡੇ ਮਾਣ ਦਿੱਤੇ ਜਾਣਗੇ। ਪਹਿਲੀ ਰੇਡ ਤੇ ਪਹਿਲਾ ਜਫਾ ਕਿ ਪਹਿਲੀ ਚਿੱਠੀ ਦਾ ਜਵਾਬ ਨਹੀਂ ਕੋਈ ਆਇਆ। ਮੈਂ ਹੋਰ ਕਿਵੇਂ ਪਾਵਾਂ ਚਿੱਠੀ ਹੈ, ਪਹਿਲੀ ਚਿੱਠੀ ਦਾ ਜਵਾਬ ਨਹੀਂ ਕੋਈ ਆਇਆ, ਮੈਂ ਹੋਰ ਕਿਵੇਂ ਪਾਵਾਂ ਚਿੱਠੀਆਂ। ਆਹ ਰੇਡ ਤੇ ਆਹ ਜਾਫੀ ਦੇ ਲਈ ਕਹਿੰਦੇ ਸਾਡੇ ਕਾਲਾ ਸਟੇਡੀਅਮ ਵਿੱਚ ਇੱਕ ਸੌ ਪੁੱਦਾ ਹੋ ਗਿਆ ਹੈ। ਇਹ ਚੋਟੀ ਨਾ ਚੜ ਚੜ ਕੇ ਰੇਡਾਂ ਪੈ ਰਹੀਆਂ ਨੇ ਸਾਹਮਣੇ ਕਹਿੰਦੇ ਨੌਜਵਾਨ। ਆਓ ਸਾਹਮਣੇ ਕਾਂਟਾ ਬਦਲ ਕੇ ਕਬੱਡੀ ਪੈ ਰਹੀ ਹੈ। ਮੇਰੀ ਬੇਨਤੀ ਅਗਲੇ ਮੈਚਾਂ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਬਾਬਾ ਥੰਮਣ ਸ਼ਾਹ ਪਰਮਾਹੀ ਤੇ ਜੋਗਾ ਵੀ ਰੋੜੀ ਤੇ ਬਾਲਿਆਂ ਵਾਲੀ। ਆਓ ਸਾਹਮਣੇ ਕਹਿੰਦੇ ਆ ਖਣਾਰੀ ਦਾ ਰੱਲੀ ਪਿੰਡ ਹੈ ਬੁਰਲਾਡੇ ਦੇ ਲਾਗੇ। ਕਹਿੰਦੇ ਕਾਲੂ ਹੈ ਨੌਜਵਾਨ ਰੱਲੀ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਆਹ ਰੇਡ ਤੇ ਵੀ ਇੱਕ ਸਾਹ ਹੋ ਜਾਣਾ ਜੇ ਭੱਜ ਗਿਆ ਤੇ ਰੇਡਰ ਦਾ, ਜੇ ਜੱਫਾ ਲਾ ਗਿਆ ਜਾਫੀ ਦਾ। ਆਹ ਪੈਂਦੀ ਰੇਡ ਹਰ ਜੋ ਪਾਸੇ ਵਾਦੇ ਧੱਕੇ ਕਬੱਡੀ 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 ਕਬੱਡੀ। ਪਰ ਰੱਲੀ ਵਾਲਾ ਕਹਿੰਦੇ ਕਾਲੂ ਨੰਬਰ ਦੇ ਵਾਦੇ ਕਰ ਗਿਆ, ਪੈਂਦੀ ਰੇਡ ਹੋਲ ਕਾਲੇ ਦੇ। ਸੁੱਖੀ ਵੱਲੋਂ ਕਰੱਲੀ ਵਾਲੇ ਖਿਡਾਰੀ ਇੱਕ ਸੌ ਪੁੱਦਾ ਹੋ ਗਿਆ। ਆਹ ਸਾਡੇ ਕਾਲਾ ਸਟੇਡੀਅਮ ਵੱਲੋਂ ਇੱਕ ਗੱਡੀ ਰਸਤੇ ਵਿੱਚ ਖੜੀ ਆ PV31H00 ਉਹ ਮੇਰੀ ਬੇਨਤੀ ਆ। ਹਾਂ ਬਲੈਰੋ ਗੱਡੀ ਉਹ ਸਾਈਡ ਤੇ ਕਰ ਲਓ ਜੀ। ਆਹ ਪੈਂਦੀ ਰੇਡ ਬਾਈ ਅਗਲੇ ਮੈਚ ਵਾਲੀਆਂ ਟੀਮਾਂ। ਆਹ ਰੇਡ ਤੇ ਵੀ ਸੌ, ਆਹ ਜਫਾ ਲਾ ਗਿਆ ਤੇ ਜਾਫੀ ਦਾ ਜੇ ਰੇਡਰ ਭੱਜ ਗਿਆ ਤੇ। ਪਰ ਸਾਹਮਣੇ ਕਹਿੰਦੇ ਧਾਵੀ ਦਾ ਮੇਰੇ ਵੀਰੋ ਇੱਕ ਸੌ ਕਹਿੰਦੇ ਧਾਵੀ ਦੇ ਲਈ ਪੁੱਜਦਾ ਹੋ ਗਿਆ। ਆਹ ਪਹਿਲਾਂ ਵੀ ਕਾਲੇ ਨੇ ਮਾਣ ਕੀਤੇ ਹੈ, ਹਰ ਕਾਲੇ ਸਟੇਡੀਅਮ ਨੇ ਕਹਿੰਦੇ ਬਹੁਤ ਪਲੇਅਰਾਂ ਦੇ ਮਾਣ ਕੀਤੇ ਹੈ। ਚੜ ਚੜ ਕੇ ਰੇਡਾਂ ਪੈ ਰਹੀਆਂ ਵੀ ਹੋਰ ਮਨਸੂਬੇ ਨੇਕ ਤੇ ਬੰਦਾ ਇਹ ਕੀ ਨਹੀਂ ਕਰ ਸਕਦਾ। ਕਾਕੋ ਵਾਲੀਆਂ ਬੂੰਦ ਬੂੰਦ ਨਾਲ ਇਹ ਸਾਗਰ ਭਰ ਸਕਦਾ ਹੈ। ਡਾਡੇ ਦੇ ਨਾਲ ਲੱਗ ਕੇ ਬੇੜੀ ਤਰਦੀ ਹੁੰਦੀ ਹੈ, ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਬਾਹਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ, ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਦੁਨੀਆਂ ਦੇ ਵੱਡੇ ਵੱਡੇ ਮੱਲ ਬਜਨੀ ਭਾਰ ਦੇ ਖੇਡ ਮੈਦਾਨ ਦੇ ਵਿੱਚ ਆ ਗਏ ਹੈ। ਆਹ ਇਲਾਕੇ ਦਾ ਕਹਿੰਦੇ ਵੱਡਾ ਮੱਲ ਹੈ ਬਜਨੀ ਭਾਰ ਦਾ, ਸਾਡਾ ਧੂਰਕੋਟੀਆ ਕਾਲੂ ਵੀ ਪਜਾ ਹੈ ਤੇ ਕਾਲੂ ਦਾ ਯਾਰ ਕਹਿੰਦੇ ਅੱਜ ਦੇ ਮੇਲੇ ਤੇ ਰਸੀਲਾ ਤੇ ਕਹਿੰਦੇ ਮੇਰੇ ਵੀਰ ਪਿਰਥੀ ਦੀ ਜੋੜੀ ਵੀ ਪੁੱਜੀ ਹੋਈ ਹੈ ਬਣਾ ਵਾਲੀ ਪਿੰਡ ਦਾ ਹੈ। ਪਰ ਗਰਾਊਂਡ ਕਲੀਅਰ ਰੱਖੀ ਆਪਾਂ ਮੈਚ ਚੋਟੀ ਦਾ ਸੁੱਖੀ ਵੀ ਆਇਆ ਹੋਇਆ। ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਖਿਡਾਰੀ ਫਿਰ ਵੱਧਦਾ ਜਾ ਰਿਹਾ ਮੇਰੇ ਵੀਰ। ਕਬੱਡੀ ਪੈ ਰਹੀ ਹੈ, ਪਲਾਣਾ ਸਾਹਿਬ ਦੀ ਗਰਾਊਂਡ ਹੈ, ਜੋਗਾ ਪਿੰਡ ਹੈ, ਮਹਾਨ ਕਬੱਡੀ ਖਿਡਾਰੀਆਂ ਦੀ ਧਰਤੀ ਹੈ। ਅੱਜ ਤੇ ਕਹਿੰਦੇ ਪੁਰਾਣੇ ਪਲੇਅਰ ਕਾਲੇ ਬਾਈ ਨੇ ਸੱਦੇ ਹੋਏ ਹੈ, ਪਰ ਆਹ ਖਿਡਾਰੀ ਕਹਿੰਦੇ ਬਿੱਟ ਹੈ ਮੇਰੇ ਵੀਰ। ਗੁਰਪ੍ਰੀਤ ਸਿੰਘ ਮਾਪਿਆਂ ਨੇ ਨਾਮ ਰੱਖਿਆ ਹੈ ਪਰ ਕਬੱਡੀ ਦੇ ਵਿੱਚ ਬਿੱਟੇ ਨਾਂ ਦੇ ਨਾਲ ਪ੍ਰਸਿੱਧੀ ਮਿਲ ਗਈ ਹੈ। ਪਰ ਜਿਹੜੇ ਹਿਸਾਬ ਤੇ ਰੇਡਰ ਦਾ ਸਰੀਰ ਚਮਕਦਾ ਨਾ ਤੇ ਬਿੱਟਾ ਕਹਿੰਦਾ ਧੱਕਾ ਕਰ ਦਿਓ ਭਾਜੀ, ਧੱਕਾ ਕਰ ਦਿਓ ਲੈ ਵੀ ਜਾਂ ਤੇ ਮਿੱਟੀ ਲਵਾ ਦਿਓ। ਆਓ ਸਾਹਮਣੇ ਮੈਚ ਚੋਟੀ ਦਾ ਹੈ, ਖੇਡ ਮੈਦਾਨ ਦੇ ਵਿੱਚ ਬਹੁਤ ਚੋਟੀ ਦਾ ਮੈਚ ਹੈ।